अज विआह वाहिगुरु इस जोड़ी नू हमेशा खुश रखे, तंदुरुस्त दोने सदा सुहागन रहन। एमी भाई, एमी भाई, सीपी गिल, सीपी भाई प्लीज, सीपी मैं बेनती, सीपी भाई प्लीज आओ, सीपी आयो, सीपी कम कम आज आज मैं कहूंगा कि भाई अच्छे हम सो प्रभु एक कोई आप दमावा ने मिया एक स्टार साढ़े सामने वाहिगुरु की कृपा है ना ते आर ने बोलेंगे लो दो मिनट। सो एक बारी गुगू भाई ने जोरदार ताड़ियां मार दी, जोरदार जिन्ना बड़ा नाम है उन्हें तारी भी आवाज मेरी खुल के मारो यार, ऐसा नहीं करीदा। सो तुम प्यार कर दियो, सो भाई बुशेर गल दी, सो वो भी स्टेज पे आ जान। सो भाई मैं थोड़े ना एक थोड़ी स्टोरी मैं अपनी शेयर करनी है, ते भाई नु वेख वेख के असि बड़े होए आ। मैं कोई फिल्म नहीं थोड़ी छड़ी, ट्रक ड्राइवर जाना मोड़, ते एक बारी मैं पहली गाना लिख के पाया सीगा, उदों हले मेरा कोई गाना रिकॉर्ड नहीं सी होया। सो वो मेरे ख्याल तो डी आई टी तो भी शेयर हुई सी वीडियो, वो मैं गाना कहता भाई सत श्रीकाल जी, ठीक हो है सन लाओ मेरे हुण वीडियो बना लियो तो पता लग जाए भी अज की जवानी ते पुरानी जवानी च फर्क किन्ना। हो सच आख दे सियाने हो गए मुल दे जवाक बाबा अज कल दे, हाय कथों पौन गए मैदान विच कौड़िया जो डब्बियां दे विच पड़ दे, हाय सच आख दे सियाने हो गए मुल दे जवाक बाबा अज कल दे, हो कथों पौन गए मैदान विच कौड़िया जो डब्बियां दे विच पड़ दे, हो जीदी मां दा बलड रहिंदा कटदा हर किवें शेर दिल होगा, ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਵਾ ਕਿੱਥੋਂ ਗੁੱਗੂ ਦਿਲ ਹੋਊਗਾ, ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਵਾ ਕਿੱਥੋਂ ਗੁੱਗੂ ਦਿਲ ਹੋਊਗਾ, ਕਹਿੰਦਾ ਮੂੰਹ ਲਾਵੇ ਨਾ ਕਿਹਾ ਨੂੰ ਮਹਾ ਮੁੰਡੇ ਦੀ ਪੰਜੀਰੀ ਚ ਪਲਟ ਦੀਆਂ, ਲੱਸੀ ਪੀਂਦੇ ਆ ਜਵਾਨ ਅੱਜ ਕੱਲ੍ਹ ਦੇ ਉਹ ਸਾਈਡ ਉੱਤੇ ਕਰ ਛੱਦੀਆਂ, ਪੈ ਗਈਆਂ ਨੇ ਖਲਾਕਾਂ ਕੋਲੋਂ ਅਧੂਰੀਆਂ ਦਵਾਈਆਂ ਦਾ ਹੀ ਬਿਲ ਹੋਊਗਾ, ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਓਏ ਕਿੱਥੋਂ ਗੁੱਗੂ ਗੱਲ ਹੋਊਗਾ, ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਓਏ ਕਿੱਥੋਂ ਗੁੱਗੂ ਗੱਲ ਹੋਊਗਾ। ਸੋ ਬਹੁਤ ਬਹੁਤ ਥੈਂਕ ਯੂ ਜੀ, ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ। ਸੋ ਮੈਂ ਆਪਣੇ ਆਪ ਨੂੰ ਬਹੁਤ ਭਾਗਾਣਾ ਮੰਨਦਾ ਕਿ ਜਿਹਨਾਂ ਨੂੰ ਸੁਣ ਸੁਣ ਕੇ ਜਵਾਨ ਹੋਏ ਤੇ ਅੱਜ ਉਹਨਾਂ ਦੇ ਘਰੇ ਮੈਂ ਪ੍ਰੋਗਰਾਮ ਲਾਉਣਾ ਰਹੇ। ਸੋ ਥੈਂਕ ਯੂ ਜੀ, ਫਿਰ ਮੈਂ ਬੇਨਤੀ ਕਰੂੰਗਾ ਗੁੱਗੂ ਬਾਈ ਜੀ ਬਾਅਦ ਬੋਲਣਗੇ, ਸਾਡੇ ਸਟਾਰ ਫਿਲਮ ਸਟਾਰ ਵੀ ਪ੍ਰਿੰਸ ਜਿਵੇਂ ਬਾਈ ਜੀ ਸਭ ਨੂੰ ਦੇਖਦੇ ਹੋ ਤੁਸੀਂ ਆਏ ਨਹੀਂ, ਮੈਂ ਔਰਕ ਸਾਹਿਬ ਮੈਂ ਕਿਸੇ ਦੇ ਨਾਂ ਲੈਣ ਅੰਗਰੇਜ਼ ਆ, ਮੈਂ ਐਮੀ ਬਾਈ ਨੂੰ ਕਹੂੰਗਾ ਕਿ ਦੋ ਸ਼ਬਦ ਇਸ ਜੋੜੀ ਵਾਸਤੇ ਇਸ ਬਾਈ ਵਾਸਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ, ਖੁਸ਼ ਹੋਣਗੇ। ਅਤੇ ਮੇਰੇ ਵੱਲੋਂ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ, ਮੈਂ ਲੇਟ ਹੋ ਗਿਆ ਜੀ, ਬਾਬਾ ਚੰਡੀਗੜ੍ਹੋਂ ਆਉਂਦੇ ਆਉਂਦੇ ਬਾਬਾ ਟਾਈਮ ਲੱਗ ਗਿਆ, 4-4.5 ਘੰਟੇ ਲੱਗ ਗਏ। ਅਤੇ ਮੇਰੇ ਵੱਲੋਂ ਪੂਰੇ ਗਿੱਲ ਪਰਿਵਾਰ ਨੂੰ ਅਤੇ ਭੈਣ ਸਾਡੀ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ ਰੱਖੇ, ਆਬਾਦ ਰੱਖੇ, ਚਾਹੁੰਦੇ ਪਾਸ ਜਿਉਂਦਾ ਰਹੇ, ਇਹ ਮੇਰਾ ਆੜੀ ਹੈ। ਅਤੇ ਪਹਿਲਾਂ ਅਸੀਂ ਇੱਥੇ ਫਿਲਮ ਬਣਾ ਕੇ ਗਏ ਹਾਂ, ਤੁਹਾਡੇ ਇਸ ਏਰੀਏ 'ਚ ਰਿਹਾ ਮੈਂ, ਇਸੇ ਸੜਕ 'ਤੇ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ, ਇਸੇ ਸੜਕ 'ਤੇ ਭੱਜ ਕੇ ਜਾਂਦੇ ਸੀਗੇ, ਅਸੀਂ ਸੌਂਪਣ ਸੌਂਪਣੇ ਤੁਹਾਡੇ ਇੱਥੇ ਇਸੇ ਇਲਾਕੇ 'ਚ ਸ਼ੂਟ ਕੀਤੀ, ਆਪਣੇ ਘਰ ਹੀ ਕੀਤੀ ਹੈ ਗੱਲ, ਅਤੇ ਵਿੰਦਰ ਭਾਅ ਜੀ ਉਹਨਾਂ ਦੇ ਘਰ ਸ਼ੂਟ ਹੋਇਆ, ਆਪਣੇ ਪਰਿਵਾਰ ਦੇ ਬੰਦੇ ਆ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਬਹੁਤ ਬਹੁਤ ਮਿਹਰਬਾਨੀ, ਆਰਨੀਤ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਅਸੀਂ ਸਟੇਜ 'ਤੇ ਖੜ੍ਹੇ ਹਾਂ ਰਾਈਟ ਨਾਓ। ਸੋ ਸਟੇਜ ਸ਼ੇਅਰ ਕਰਨੀ ਬੜੀ ਵੱਡੀ ਚੀਜ਼ ਹੁੰਦੀ ਹੈ ਜੀ, ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਭਾਅ ਜੀ ਉਹਨਾਂ ਦਾ, ਬਾਕੀ ਪ੍ਰਿੰਸ ਵੀਰੇ ਹੋਣੀ ਆਏ ਆ ਮਗਰ ਪਾਸੇ ਨਾਲ ਖੜ੍ਹੇ ਆ, ਸਿੱਪੀ ਭਾਈ ਹੋਣੀ ਸਾਡੇ ਸਤਿਕਾਰਯੋਗ ਵੱਡੇ ਭਰਾ ਨੇ ਸਾਡੇ, ਹਮੇਸ਼ਾ ਪਿਆਰ ਕਰਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਥਾਂ ਆਪਣੇ ਮੰਨ ਲਓ, ਅਜੇ ਟਾਈਮ ਮੇਰੇ ਖਿਆਲ ਲੱਗਣਾ 4 ਵਜੇ ਘੰਟਾ ਕਲਾਉਂਗੇ ਉਹਨਾਂ ਨੂੰ ਮੇਰੀ ਫੋਨ ਏਦਾਂ ਹੁੰਦਾ ਹੁੰਦਾ, ਥੱਲੇ ਬੰਦਾ ਕਹਿੰਦਾ ਵੀ ਨਹੀਂ 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 ਨਹੀਂ, ਇਹ ਤਾਂ ਏਦਾਂ ਹੁੰਦਾ ਨਾ ਵੀ ਡੇਢ ਕੁ ਵਜੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ, 3 ਵਜੇ ਦੀ ਮੁੱਛਾਂ ਚੜ੍ਹਾਈ ਜਾਣਗੇ ਸਾਹਮਣੇ ਬੈਠੇ, 3 ਵਜੇ ਆ ਕੇ ਮੁੰਡੇ ਦਾ ਹੱਥ ਮਾਰਨਾ, ਲੈ ਵੀ ਪੁੱਤਰ ਗਾਣਾ ਸ਼ੁਰੂ ਕਰ ਹੁਣ। ਡੇਢ ਘੰਟਾ ਪਹਿਲੇ ਜੇ ਅਸੀਂ ਵੀ ਧਾਰਮਿਕ ਥੋੜ੍ਹਾ ਗਾਉਂਦੇ ਹਾਂ, 1.5 ਘੰਟੇ ਤੋਂ ਵੀ ਗੀਤ ਗਾਏ ਹੁੰਦੇ, ਉਹ ਮੁੜ ਕੇ ਫਿਰ ਸ਼ੁਰੂ ਤੋਂ ਪ੍ਰੋਗਰਾਮ ਜਾ ਦਾ, ਚਲੋ ਕੋਈ ਨਹੀਂ। ਅਤੇ ਬਾਕੀ ਬਹੁਤ ਸਤਿਕਾਰ, ਬਹੁਤ ਬਹੁਤ ਪਿਆਰ ਸਤਿਕਾਰ, ਬਹੁਤ ਬਹੁਤ ਪਿਆਰ ਸਤਿਕਾਰ, ਮੱਥਾ ਟੇਕਦਾ ਜੀ, ਵਧਾਈਆਂ ਬਹੁਤ ਬਹੁਤ ਤੁਹਾਨੂੰ। ਅਤੇ ਲਓ ਜੀ ਬਾਕੀ ਅੱਗੇ ਮੇਰੀਆਂ ਫਿਲਮਾਂ ਚੱਲਦੀਆਂ, ਚਲੋ ਮੈਂ ਮੇਰੇ ਦੂਜਾ ਰੱਖਿਓ ਸਾਰੰਗ, ਮੈਂ ਇੱਕ ਲਾਈਨ ਸੁਣਾ ਦਿੰਦਾ ਆਪਣਾ।
जिंदाबाद रहन मिलो यारियां जनान करके देओ यटनी जिंदाबाद रहन मिलो यारियां जनान करके देओ यटनी जिंदाबाद रहन मिलो यारियां जनान करके देओ यटनी एक करके साधना दे जोरदार ताड़ी साडे वड्डे भाई बहुत बहुत प्यार सत्कार लो भाई थैंक यू एमी मैं सब इतने वो थम भी खड़े ने जिन्हें वो बूटा लाया बुबू गिल का बूटा लगे साढ़े वड्डे सत्कारयोग बाई जी दविंदर गिल वड़े बाई तारियां प्लीज मेरे बाई बस वो शख्स खड़ा जरा जिन्हें बूटा लाया अजो बूटा बोर्ड है वाहगुरु अगे अरदास है बोर्ड ही रहे दो दो मिनट सारे जिम्मे सिपी प्लीज सिपी आशीर्वाद भी देना जोड़ी थैंक यू सब तो पहला सारे बहुत मुबारक और साढ़े सत्यार सत्कार योग गुगू गल बाई वास्ते जोरदार ताड़ियां मार दिओ असी बच्चे हाँ तो धन भाग असी इस फंक्शन से थोड़े सानू दर्शन करन होए ने सो यही अरदास है जो जोड़ी अज बनी है तिण दुगनी रात चौगनी तरक्या करे साडा वीर प्रिंस कमलजीत एम ए विरक मेरा भरा आरनेत सारे भरावों नू बहुत बहुत मुबारक रब चढ़दी कला च रखे तो मैं लगता भी स्टेज नेत दी है तो वह इस तो बाद कंटिन्यू करूँगा पर मेरिया जीडिया मुबारक ने जरूर प्रवान करो थैंक यू सो मच बहुत मेहरबानी सिपी थैंक यू सारे आए ने प्रिंस दो शब्द ए प्रिंस आओ मोस्ट वांटेड वाला एक लाइन ला दो एक लाइन ला भाई ला ला पुत जट्टा दे बुलाउंदे बकरे कोई आण के माई दा लाल चकरे ये जी साड़ी फिल्म सी जट बॉयस पुत जट्टा दे हुणे मैनूं प्रिंस कहिंदा कि असीं नंबर टू भी बनाउणी आ अगे आ जाओ भरा एक वारी एम ए लई ताड़ी मारो क्योंकि शुरू तो नेचर पहली टेप तो चंडीगढ़ गाने तो लैके अज तक कोई होआ वह रखनी बहुत औखी हुंदी है कलाकार वास्ते सो प्रिंस ने बई हुणे एक खुशखबरी ये दिती है कहिंदा भी मैं संदर साहब नूं कहा कि पुत जट्टा दे टू करनी है सो उहदे विच सानू इकट्ठिआं नूं काम करन दा मौका मिलिआ सी और प्रिंस ने उह स्टोरी भी लिखी सी सा पुत जट्टा दे बुलाउंदे बकरे कोई आण के माई दा लाल चकरे गिल साहब नूं बहुत बहुत मुबारक नहीं तुसी सारे जने पहला एक कूक मार दिओ शगना वाला देना जिदना नजारा ठीक है पम्मा बोल दंगरे थैंक यू पम्मे थैंक यू भाई जी को होर साडे बॉम्बे दे स्टार है इसने पंजाब दे मूल आपे पहचान लोगे असी शरीका कीती है तिन्हां ने सीरियल सारे वालों बहुत बहुत बधाई भाई जी बहुत बहुत बधाई
थैंक यू मेहरबानी। इतने रवि जी भी डॉक्टर साहब बैठे है पर मैं लगता जो उत्थे बैठे ने जो आने सर थोड़ी हाजरी इतने है प्लीज आ सकते हो तो आ जाओ दो मिनट वास्ते। मैं पौल साहब कुछ शब्द बोल दो मिनट प्लीज, थोड़ी भी बहुत वड्डी पदवी है। मेहरबानी